तो असी लोगों के कोलों वोटां भी इस करके मंग रहे हैं कि असी वधिया हस्पताल बनावांगे, वधिया स्कूल बनावांगे, लोगों को बेरोजगारी दूर करांगे, दफ्तर के जिहड़ी लुट खसुट हो रही है उन्हें बंद करवावांगे। पिछले विधायक मिकी डोगरा जी, उन्होंने पिछले 5 साल के कामों को तुसी किस तरह देखते हो कि हलका दसूहा च विकास किन्ना क होया है? उन्होंने कारगुजारी जीरो है जी, विधानसभा दे विच भी जीरो है, कोई सवाल नहीं पूछ सके अज तक, बिल्कुल 5 सालों एक भी सवाल जिहड़ा विधायक अपने इलाके का ना चुक सके, उसकी कारगुजारी उत्थे पता लग जाती है। जिस काम वास्ते लोगों ने चुन के भेजा से उन्होंने अपनी ड्यूटी चंगी तरह नहीं की, सिर्फ गलिया नालियां अज तक विकास दसी जा रहे हैं। ये सरकारां दी मोरल ड्यूटी है, ये काम करते हैं आपां, ये नहीं कहिंदे कि गलिया नालियां बननियां नहीं चाहिए, बननियां चाहिए, साडे टैक्स है, साडे टैक्सां नाल बन रही, पर जिहड़ियां आम परिवारां नूं आम लोगों नूं जरूरतां ने ਉਹ ਇਸ ਸਰਕਾਰ ਦੇ ਵਿੱਚ ਪੂਰੀਆਂ ਨਹੀਂ ਹੋਈਆਂ। ਚੰਗੇ ਕੋਈ ਹਸਪਤਾਲ ਨਹੀਂ ਲੈ ਕੇ ਆ ਸਕੇ, ਚੰਗੇ ਸਕੂਲ ਨਹੀਂ ਬਣਾ ਸਕੇ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਵਿਜੇ ਸਲਾਰੀਆ ਸਵਾਗਤ ਕਰਦਾ ਹਾਂ। ਇਸ ਵਕਤ ਸਾਡੇ ਨਾਲ ਵਿਸ਼ੇਸ਼ ਗੱਲਬਾਤ ਲਈ ਮੌਜੂਦ ਨੇ ਹਲਕਾ ਦਸੂਹਾ ਤੋਂ ਜੋ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਐਡਵੋਕੇਟ ਕਰਮਵੀਰ ਸਿੰਘ ਘੁੰਮਣ। ਅਸੀਂ ਗੱਲਬਾਤ ਕਰਦੇ ਹਾਂ ਸਰ, ਸਭ ਤੋਂ ਪਹਿਲਾਂ ਅਜੀਤ ਵੈਬ ਟੀਵੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਰ, ਗੱਲ ਕਰਾਂਗੇ ਪ੍ਰਚਾਰ ਦੀ, ਕਿਵੇਂ ਦਾ ਚੱਲ ਰਿਹਾ, ਕਿੱਦਾਂ ਦਾ ਹੁੰਗਾਰਾ ਜਿਹੜਾ ਪਬਲਿਕ ਤੋਂ ਮਿਲ ਰਿਹਾ? ਬਹੁਤ ਵਧੀਆ ਜੀ, ਪ੍ਰਚਾਰ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ, ਲੋਕ ਬਹੁਤ ਸਹਿਯੋਗ ਦੇ ਰਹੇ ਆ ਅਤੇ ਲੋਕ ਹਰ ਜਗ੍ਹਾ 'ਤੇ ਸਾਡਾ ਸਵਾਗਤ ਕਰ ਰਹੇ, ਜਿਹੜੇ ਜਿਹੜੇ ਪਿੰਡ ਦੇ ਵਿੱਚ ਵੀ ਜਾ ਰਹੇ ਆ ਲੋਕ ਆਮ ਮੁਹਾਰੇ ਇਕੱਠੇ ਹੋ ਰਹੇ ਆ, ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰ ਰਹੇ ਆ, ਲੋਕ ਚਾਹੁੰਦੇ ਆ ਕਿ ਇਸ ਵਾਰ ਬਦਲਾਅ ਆਵੇ ਜੀ। ਘੁੰਮਣ ਸਾਹਿਬ, ਜੇ ਆਪਾਂ ਗੱਲ ਕਰੀਏ ਕਿ ਤੁਹਾਡੀ ਪਾਰਟੀ ਦੇ ਕਿਹੜੇ ਮੁੱਦੇ ਨੇ, ਕਿਹੜੀਆਂ ਨੀਤੀਆਂ ਤੁਹਾਡੀ ਪਾਰਟੀਆਂ ਜਿਹੜੀਆਂ ਲੈ ਕੇ ਤੁਸੀਂ ਲੋਕਾਂ ਦੇ ਡੋਰ ਟੂ ਡੋਰ ਵੋਟ ਮੰਗ ਰਹੇ? ਆਮ ਆਦਮੀ ਪਾਰਟੀ ਦੀ ਸਭ ਤੋਂ ਪਹਿਲਾਂ ਜੋ ਦਿੱਲੀ ਦੇ ਵਿੱਚ ਅਸੀਂ ਕੰਮ ਕੀਤੇ ਨੇ ਉਹੀ ਇਸ਼ੂ ਅਸੀਂ ਪੰਜਾਬ ਦੇ ਵਿੱਚ ਲੈ ਕੇ ਚੱਲੇ ਹਾਂ ਕਿ ਜਿਹੜੀਆਂ ਪਿਛਲੀਆਂ ਰਵਾਇਤੀ ਪਾਰਟੀਆਂ ਨੇ ਅੱਜ ਤੱਕ ਜਿਹੜੇ ਸਾਡੇ ਲੋੜਵੰਦ ਚੀਜ਼ਾਂ ਨੇ ਉਹ ਲੋਕਾਂ ਨੂੰ ਨਹੀਂ ਦਿੱਤੀਆਂ, ਉਹ ਅਸੀਂ ਇਸ਼ੂ ਲੈ ਕੇ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਜਾ ਰਹੀ ਹੈ ਅਤੇ ਅਸੀਂ ਲੋਕਾਂ ਦੇ ਕੋਲੋਂ ਵੋਟਾਂ ਵੀ ਇਸੇ ਕਰਕੇ ਮੰਗ ਰਹੇ ਹਾਂ ਕਿ ਅਸੀਂ ਵਧੀਆ ਹਸਪਤਾਲ ਬਣਾਵਾਂਗੇ, ਵਧੀਆ ਸਕੂਲ ਬਣਾਵਾਂਗੇ, ਲੋਕਾਂ ਨੂੰ ਬੇਰੁਜ਼ਗਾਰੀ ਦੂਰ ਕਰਾਂਗੇ, ਦਫ਼ਤਰਾਂ ਦੇ ਵਿੱਚ ਜਿਹੜੀ ਲੁੱਟ ਖਸੁੱਟ ਹੋ ਰਹੀ ਹੈ ਉਹਨੂੰ ਬੰਦ ਕਰਵਾਵਾਂਗੇ ਅਤੇ ਜੋ ਸਾਡੀਆਂ ਕੰਢੀ ਦੀਆਂ ਬੇਟ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਦੂਰ ਕਰਨ ਦਾ ਅਸੀਂ ਯਤਨ ਕਰਾਂਗੇ, ਇਹ ਮੁੱਦੇ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ। ਘੁੰਮਣ ਸਾਹਿਬ, ਗੱਲ ਕਰੀਏ ਯੂਥ ਦੀ, ਕਿਉਂਕਿ ਹਲਕੇ ਦਸੂਹਾ ਦੀ ਯੂਥ ਦੀ ਕਈ ਤਰ੍ਹਾਂ ਦੀ ਪ੍ਰੋਬਲਮ ਰਹੀ ਹੈ, ਇੱਕ ਯੂਨੀਵਰਸਿਟੀ ਦੀ ਮੰਗ ਜਿਹੜੀ ਯੂਥ ਕਰ ਰਹੇ ਹੈ, ਤੁਸੀਂ ਖੁਦ ਇੱਕ ਯੂਥ ਹੋ ਅਤੇ ਇੱਕ ਯੂਥ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹਲਕਾ ਦਸੂਹਾ ਦੇ ਯੂਥ ਦੀ ਕਿਹੜੀਆਂ ਪ੍ਰੋਬਲਮਾਂ ਨੇ ਜਿਹੜੀਆਂ ਹੱਲ ਹੋਣੀਆਂ ਜ਼ਰੂਰੀ ਹੈ? ਸਭ ਤੋਂ ਵੱਡੀ ਤਾਂ ਜੀ ਲੋਕ ਬੱਚੇ ਸਾਡੇ ਪੜ੍ਹ ਲਿਖ ਕੇ ਬੇਰੁਜ਼ਗਾਰ ਘੁੰਮ ਰਹੇ ਆ, ਉਹਨਾਂ ਵਾਸਤੇ ਰੁਜ਼ਗਾਰ ਦੇ ਸਾਧਨ ਪੈਦਾ ਹੋਣੇ ਬਹੁਤ ਜ਼ਰੂਰੀ ਆ, ਉਹ ਅਸੀਂ ਕੋਸ਼ਿਸ਼ ਕਰਾਂਗੇ ਸਾਡਾ ਕੰਢੀ ਬੈਲਟ ਜਿੱਥੇ ਸਾਰਾ ਹਿੱਲੀ ਏਰੀਆ ਖਾਲੀ ਪਿਆ ਹੋਇਆ ਉੱਥੇ ਕੋਈ ਨਾ ਕੋਈ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੇ ਵਾਸਤੇ ਕੋਈ ਸਹੂਲਤ ਪੈਦਾ ਕਰੀਏ, ਬੱਚਿਆਂ ਵਾਸਤੇ ਸਹੂਲਤ ਪੈਦਾ ਕਰੀਏ। ਉਸ ਤੋਂ ਬਾਅਦ ਗੌਰਮੈਂਟ ਕਾਲਜ ਦੀ ਮੰਗ ਆ ਸਾਡੇ ਦਸੂਹੇ ਦੇ ਵਿੱਚ, ਲੰਬੇ ਸਮੇਂ ਤੋਂ ਮੰਗ ਸੀ, ਪਿਛਲੀ ਸਰਕਾਰ ਨੇ ਲਾਰਾ ਲਾ ਦਿੱਤਾ ਕਿ ਕਾਲਜ ਪਾਸ ਹੋ ਗਿਆ, ਪਰ ਅੱਜ ਤੱਕ ਉਹ ਬਣਿਆ ਨਹੀਂ, ਉਸ ਨੂੰ ਅਸੀਂ ਗੌਰਮੈਂਟ ਕਾਲਜ ਨੂੰ ਇੱਥੇ ਮਨਜ਼ੂਰ ਕਰਾ ਕੇ ਬਣਾਵਾਂਗੇ। ਪਹਾੜ ਦੇ ਵਿੱਚ ਤਲਵਾੜੇ ਕੰਢੀ ਏਰੀਏ ਦੇ ਵਿੱਚ ਵੀ ਜਿਹੜਾ ਐਜੂਕੇਸ਼ਨ ਸਿਸਟਮ ਆ ਉਹ ਵਧੀਆ ਨਹੀਂ ਹੈਗਾ, ਸਕੂਲਾਂ ਦੇ ਹਾਲਾਤ ਬਹੁਤ ਮਾੜੇ ਨੇ, ਉਹ ਅਸੀਂ ਚੇਂਜ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਵਧੀਆ ਸਟੇਡੀਅਮ ਬਣਾਵਾਂਗੇ, ਚੰਗੇ ਸਟੇਡੀਅਮ ਬਣਨਗੇ ਤਾਂ ਲੋਕ ਨਸ਼ਿਆਂ ਤੋਂ ਦੂਰ ਰਹਿਣਗੇ, ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨਗੇ, ਇਹੋ ਜਿਹੇ ਬਹੁਤ ਉਪਰਾਲੇ ਕਰਾਂਗੇ ਆਮ ਆਦਮੀ ਪਾਰਟੀ ਦੀ ਜੇ ਸਰਕਾਰ ਪੰਜਾਬ ਦੇ ਵਿੱਚ ਬਣੇਗੀ। ਸਰ, ਜੇ ਆਪਾਂ ਗੱਲ ਕਰੀਏ ਪਿਛਲੇ ਵਿਧਾਇਕ ਮਿਕੀ ਡੋਗਰਾ ਦੀ, ਉਹਨਾਂ ਦੇ ਪਿਛਲੇ 5 ਸਾਲ ਦੇ ਕੰਮਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਹਲਕਾ ਦਸੂਹਾ 'ਚ ਵਿਕਾਸ ਕਿੰਨਾ ਕੁ ਹੋਇਆ ਆ? ਉਹਨਾਂ ਦੀ ਕਾਰਗੁਜ਼ਾਰੀ ਜੀਰੋ ਹੈ ਜੀ, ਵਿਧਾਨਸਭਾ ਦੇ ਵਿੱਚ ਵੀ ਜੀਰੋ ਆ, ਕੋਈ ਸਵਾਲ ਨਹੀਂ ਪੁੱਛ ਸਕੇ ਅੱਜ ਤੱਕ, ਬਿਲਕੁਲ 5 ਸਾਲਾਂ 'ਚ ਇੱਕ ਵੀ ਸਵਾਲ ਜਿਹੜਾ ਵਿਧਾਇਕ ਆਪਣੇ ਇਲਾਕੇ ਦਾ ਨਾ ਚੁੱਕ ਸਕੇ, ਉਹਦੀ ਕਾਰਗੁਜ਼ਾਰੀ ਉੱਥੇ ਪਤਾ ਲੱਗ ਜਾਂਦੀ ਹੈ। ਜਿਸ ਕੰਮ ਵਾਸਤੇ ਲੋਕਾਂ ਨੇ ਚੁਣ ਕੇ ਭੇਜਿਆ ਸੀ ਉਹਨਾਂ ਨੂੰ, ਉਹਨਾਂ ਨੇ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਕੀਤੀ। ਦੂਸਰਾ, ਜੇ ਵਿਕਾਸ ਦੀ ਗੱਲ ਕਰੋ, ਇਹ ਅਜੇ ਇਹੋ ਜਿਹਾ ਕੋਈ ਵੀ ਪ੍ਰੋਜੈਕਟ ਸਾਡੇ ਦਸੂਹੇ ਦੇ ਵਿੱਚ ਨਹੀਂ ਲਿਆ ਸਕੇ ਜਿਹਦੇ ਨਾਲ ਲੋਕਾਂ ਨੂੰ ਪਤਾ ਲੱਗੇ ਕਿ ਇਹ ਪਿਛਲੀ ਸਰਕਾਰ ਦੇ ਦੌਰਾਨ ਆਇਆ, ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ 'ਚ ਲੋਕਾਂ ਨੂੰ ਕੋਈ ਸਹੂਲਤ ਮਿਲੇ, ਸਿਰਫ ਇਹ ਗਲੀਆਂ ਨਾਲੀਆਂ ਨੂੰ ਅੱਜ ਤੱਕ ਵਿਕਾਸ ਦੱਸੀ ਜਾ ਰਹੇ ਆ, ਇਹ ਸਰਕਾਰਾਂ ਦੀ ਮੋਰਲ ਡਿਊਟੀ ਆ, ਇਹ ਕੰਮ ਕਰਦੇ ਹਾਂ ਆਪਾਂ, ਇਹ ਨਹੀਂ ਕਹਿੰਦੇ ਕਿ ਗਲੀਆਂ ਨਾਲੀਆਂ ਬਣਨੀਆਂ ਨਹੀਂ ਚਾਹੀਦੀਆਂ, ਬਣਨੀਆਂ ਚਾਹੀਦੀਆਂ, ਸਾਡੇ ਟੈਕਸ ਆ ਉਹ ਸਾਡੇ ਟੈਕਸਾਂ ਨਾਲ ਬਣ ਰਹੀਆਂ, ਪਰ ਜਿਹੜੀਆਂ ਆਮ ਪਰਿਵਾਰਾਂ ਨੂੰ ਆਮ ਲੋਕਾਂ ਨੂੰ ਜ਼ਰੂਰਤਾਂ ਨੇ ਉਹ ਇਸ ਸਰਕਾਰ ਦੇ ਵਿੱਚ ਪੂਰੀਆਂ ਨਹੀਂ ਹੋਈਆਂ, ਚੰਗੇ ਕੋਈ ਹਸਪਤਾਲ ਨਹੀਂ ਲੈ ਕੇ ਆ ਸਕੇ, ਚੰਗੇ ਸਕੂਲ ਨਹੀਂ ਬਣਾ ਸਕੇ, ਚੰਗੇ ਸ਼ਾਸਨ ਨਹੀਂ ਦੇ ਸਕੇ, ਆਪਣੀਆਂ ਨਿੱਜੀ ਕਮਾਈਆਂ ਦੇ ਵਿੱਚ ਉਹਨਾਂ ਨੇ ਵਾਧੇ ਕੀਤੇ ਆ, ਲੋਕਾਂ ਵੱਲ ਖਿਆਲ ਨਹੀਂ ਕੀਤਾ ਜੀ ਉਹਨਾਂ ਨੂੰ। ਤੁਹਾਡੇ ਵੱਲੋਂ ਇੱਕ ਮੁੱਦਾ ਵੀ ਉਠਾਇਆ ਗਿਆ ਸੀ ਕੰਡਿਆਲੀ ਤਾਰਾਂ ਦਾ, ਅਤੇ ਉੱਥੇ ਹੀ ਅਰੁਣ ਮਿੱਕੀ ਡੋਗਰਾ ਦਾ ਕਹਿਣਾ ਹੈ ਕਿ ਕਰਮਵੀਰ ਹੁਣੀ ਤਾਂ ਐਵੇਂ ਹਵਾ 'ਚ ਗੱਲਾਂ ਕਰਦੇ ਆ, ਜੇ ਤਾਂ ਕੋਈ ਸਬੂਤ ਹੈਗਾ ਤਾਂ ਦੱਸਣ, ਕਿਉਂਕਿ ਜਿਹੜਾ 1.5 ਕਰੋੜ ਰੁਪਈਆ ਉਹ ਆਇਆ ਉਹ ਕਿਸਾਨਾਂ ਦੇ ਖਾਤੇ ਗਿਆ, ਮੈਂ ਆਪਣੇ ਘਰ 'ਤੇ ਲੈਣੀ ਗਿਆ, ਇਸ ਬਾਰੇ ਕੀ ਕਹਿਣਾ ਚਾਹੁੰਦੇ? ਅਸੀਂ ਚਲੋ ਉਹਨਾਂ ਦੀ ਕੰਪਲੇਂਟ ਵੀ ਪਾਈ ਹੋਈ ਆ ਹਵਾ ਦੇ ਵਿੱਚ ਆ ਜਾਂ ਨਹੀਂ ਹਵਾ 'ਚ, ਇਹ ਤਾਂ ਪ੍ਰਸ਼ਾਸਨ ਦੱਸੂਗਾ, ਅਸੀਂ ਕੰਪਲੇਂਟ ਉਹਦੀ ਕੀਤੀ ਹੋਈ ਆ। 1.75 ਕਰੋੜ ਦੇ ਵਿੱਚੋਂ ਜਿਹੜਾ 48 ਲੱਖ ਰੁਪਈਆ ਨਾ ਕਾਂਗਰਸੀ ਲੀਡਰਾਂ ਦੇ ਖਾਤਿਆਂ 'ਚ ਗਿਆ, ਠੀਕ ਆ ਉਹ ਵੀ ਕਿਸਾਨ ਹੋ ਸਕਦੇ ਆ, ਪਰ
जिहड़ी स्कीम सी छोटे किसानों वास्ते आई सी जिन्हां दी जमीन फॉरैसट के नाल लगती सी 20-20 हज़ार वाले किसान अपनी तारां लवा के उन्हां नूं पैसे नहीं मिले तो इन्होंने किसी अपने जिहड़े कांग्रसी लीडर है जिहड़े हुण भी इलैक्शन दे विच इन्हां दे नाल घूम रहे आ 7,48,000 रुपया एक बंदे दे खाते च आया तो 1,01,000 दे खाते च आया 2,01,000 एक दे खाते च आया सारे इन्हां दा चोण प्रचार कर रहे इस वेले तो उन्हां दी कितें कोई जमीन भी है नहीं गी तो ये हवा च गल्लां नहीं आ ऑन रिकॉर्ड सारिया चीज़ां ने सारा रिकॉर्ड कढ़ा के आर टी आई कढ़ा के आपां इन्हां दे खिलाफ जिहड़ी कंप्लेंट पाई हुई है तो जे सच्चे ने तो दस दिन कि साडी इन्नी जमीन है इत्थे तार लगी है जी बाकियां नूं क्यों नहीं मिली इन्हां नूं क्यों इन्नी मिल गई है बहुत किसान इदां दे आ जिन्हां नूं 10-10,000 15-15,000 दी तार दवाई सी उन्हां नूं उहदे पैसे नहीं मिले तो लोगों का हक मारिया इन्होंने लोड़वंद किसानों का हक मारिया वो असी जिहड़ा इशू आ वह चुकांगे जी। कुमर साहब मेरा आखिरी सवाल है कि अजीत वैब टीवी दे राही तुसी अपने वोटरों नूं की संदेश देना चाहुंदे? लोगों यह अपील है जी इमानदार लोगों की सरकार चुनो इमानदार सरकार चुनोगे तो शायद कुछ ना कुछ पंजाब का भला होगा ये जिहड़ियां बेईमान सरकार असीं लगातार पिछले 73 सालों तो चुनते आ रहे हैं ये साडा नुकसान कर रही हैं सानूं लुट खुट रही हैं तो जे इमानदार लोग अगे आउणगे तां शायद साडे पंजाब का बचाव हो सकता तो मैनूं पूरी उम्मीद है कि इस बार लोग आम आदमी पार्टी नूं मौका देण दा मन बना चुके आ 20 तरीक तो बाद जदों मशीनां दे विच गिनती खुलणी आ अपने आप रिजल्ट सामने आउणगे तो लोगों ने यह अपील है कि इस बार आम आदमी पार्टी अगे लैके आओ आम लोगों अगे लैके आओ ता जो जिहड़े उन्हां दे हक ने जिहड़े उन्हें लंबे समय तो नहीं मिले उन्हें उन्हें हक मिलने जी। गलबात करने लिए बहुत बहुत शुक्रिया सर। धन्यवाद। इस सन हलका दसूहा तो आम आदमी पार्टी के उम्मीदवार एडवोकेट करमवीर कुमन जिन्हों का कहना है कि इस बार लोग जो है एक बदलाव चाहते हैं तो वह पूरा मूह अपना मन बदल के जोड़ा है इस बार आम आदमी पार्टी सरकार पंजाब बनाएंगे। कैमरामैन विनय के नाल विजय सलारिया अजीत वैब टीवी दसूहा तो। देश दुनिया दी ताज़ा खबरों के लिए हुणे प्ले स्टोर तो डाउनलोड करो पंजाब की आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफॉर्म के उत्ते उपलब्ध है। फेसबुक के उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।